फगवाड़ा विखे नशे का कारोबार करन वालियां खिलाफ पुलिस सख्त हुंदी पई दिखाई दे रही है। ते आए दिन ही पुलिस वालों नशे का कारोबार करन वालियां ते शिकंजा कसया जा रहा है। नशे दे सौदागर खिलाफ शुरू की गई इसे ही कड़ी के तहत फगवाड़ा CIA स्टाफ ते पुलिस ने एक नौजवान नू 1 किलो 500 ग्राम अफीम समेत गिरफ्तार करन विच सफलता हासिल की है। CIA स्टाफ फगवाड़ा के इंचार्ज SI परमजीत सिंह ने दस्या कि उन्हां पुलिस पार्टी समेत दौराने गश्त लिंक रोड ग्रीन वैली फगवाड़ा विखे मोटरसाइकिल सवार एक नौजवान जिसने मोटरसाइकिल की टैंकी से एक वजनदार बैग रखा हुआ सी ते पुलिस पार्टी नू देख के उसने वह बैग सड़क किनारे सुट दिता, जिसनों शक के आधार पर रोक के उसका नाम पता पूछा गया तो उसने अपना नाम लखविंदर सिंह उर्फ पम्मा पुत्र बलजीत सिंह वासी बाबा गदिया फगवाड़ा दसिया। जिस तो बाद उक्त नौजवान वालों सड़क किनारे सुट्टे बैग की तलाशी ली गई तो उस विचों 1 किलो 500 ग्राम अफीम बरामद हुई। SI परमजीत सिंह ने दसिया कि पुलिस वालों उक्त नौजवान को काबू करके उस खिलाफ NTPC एक्ट के तहत मामला दर्ज करके एक दिन का रिमांड हासिल किया गया है। उन्होंने दसिया कि दौराने रिमांड दोषी पासों होर वड्डे खुलासे होने की संभावना है। ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦੋਂ ਸ਼੍ਰੀ ਮੁਖਤਿਆਰ ਰਾਏ PPS ਪੁਲਿਸ ਕਪਤਾਨ ਸਾਫੀ ਫਗਵਾੜਾ ਅਤੇ ਸ਼੍ਰੀ ਹਰਿੰਦਰ ਸਿੰਘ PPS ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ ਅਤੇ ਬਲਜਿੰਦਰ ਸਿੰਘ PPS ਪੁਲਿਸ ਕਪਤਾਨ ਤਫਤੀਸ਼ ਕਪੂਰਥਲੇ ਦੇ ਅਹਿਤਮਸਾਜੀ ਸਨ ਅਤੇ CA ਸਟਾਫ ਦੀ ਟੀਮ ਇੱਕ ਵਿਅਕਤੀ ਨੂੰ ਗ੍ਰੀਨ ਵੈਲੀ ਲੱਗੇ ਮੋਟਰਸਾਈਕਲ 'ਤੇ ਉਹਨੇ ਕਾਬੂ ਕੀਤਾ ਜਿਸ ਪਾਸੋਂ 1.5 ਕਰੋੜ ਫੀਮ ਬਰਾਮਦ ਹੋਈ ਜਿਸ ਨੂੰ ਮੁਕਦਮਾ ਨੰਬਰ 87-10-11-2022 18-85 NDPS ਦੁਆਰਾ ਦਰਜ ਕੀਤਾ ਗਿਆ ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਦੋਸ਼ੀ ਦਾ ਨਾਂ ਹੈਗਾ ਲਖਵਿੰਦਰ ਸਿੰਘ ਔਰ ਪੰਮਾ ਪੁੱਤਰ ਬਲਜੀਤ ਸਿੰਘ ਵਾਸੀ ਬਾਬਾ ਗਰੀਆ ਫਗਵਾੜਾ ਦਾ ਰਹਿਣ ਵਾਲਾ। ਸਰ ਕਿਸ ਚੀਜ਼ 'ਤੇ ਜਾ ਰਿਹਾ ਸੀ? ਇਹ ਮੋਟਰਸਾਈਕਲ 'ਤੇ ਜਾ ਰਿਹਾ ਸੀ। ਅਤੇ ਕੀ ਇਸ ਤੋਂ ਪਹਿਲਾਂ ਵੀ ਕੋਈ ਮਾਮਲਾ ਦਰਜ ਆ? ਇੱਥੇ ਵੀ ਇਸ ਤੋਂ ਪਹਿਲਾਂ ਇੱਕ ਮਾਮਲਾ UP ਵਿੱਚ ਦਰਜ ਆ, ਉਹ ਐਕਸੀਡੈਂਟ ਦਾ ਪਰਚਾ ਦਰਜ ਆ, ਪਰ ਇਹ ਉੱਥੋਂ ਝਾਰਖੰਡ ਤੋਂ ਲਿਆ ਕੇ ਇੱਧਰ ਵੇਚਦਾ ਸੀ ਅਤੇ ਗਾਹਕਾਂ ਨੂੰ ਦੇਣ ਲਈ ਜਾ ਰਿਹਾ ਸੀਗਾ ਜਿਸ ਟਾਈਮ ਉਹਨੂੰ ਕਾਬੂ ਕੀਤਾ। ਅਤੇ ਪਤਾ ਲੱਗਿਆ ਇੱਥੇ ਫਗਵਾੜੇ ਕਿਹਨੂੰ ਕਿਹਨੂੰ ਸਪਲਾਈ ਕਰਦਾ? ਤਫਤੀਸ਼ ਜਾਰੀ ਹੈ, ਜੁਰਮਾਨਾ ਅਸੀਂ ਕੀਤਾ, ਹੁਣ ਕੋਸ਼ਿਸ਼ ਕਰਕੇ ਅਗਲੀ ਤਫਤੀਸ਼ ਲਿਆਵਾਂਗੇ, ਉਹ ਤੋਂ ਜਿਹੜੇ ਫਿਕਸ ਸਾਹਮਣੇ ਆਉਣਗੇ ਉਹ ਤੁਹਾਨੂੰ। ਅਤੇ ਹੁਣ ਤੱਕ ਦੀ ਤਫਤੀਸ਼ ਪਤਾ ਲੱਗਿਆ ਲਿਆਂਦਾ ਕਿੱਥੋਂ ਸੀ? ਇਹ ਝਾਰਖੰਡ ਤੋਂ ਲਿਆ ਗਿਆ। ਲਿਆਂਦਾ ਕਿੱਦਾਂ ਸੀ ਇਹ? ਇਹ ਬਾਈ ਬੱਸ ਆ ਰਿਹਾ ਉਤੋਂ ਝਾਰਖੰਡ ਤੋਂ। ਅਤੇ ਅੱਜ ਕਿੱਥੇ ਇਹਨੂੰ ਗ੍ਰਿਫਤਾਰ ਕੀਤਾ ਗਿਆ? ਗ੍ਰੀਨਵੈਲੀ ਇਹਦੇ ਘਰ ਤੋਂ ਥੋੜ੍ਹਾ ਦੂਰ 500 ਮੀਟਰ ਦੂਰ 'ਤੇ ਜਾ ਰਿਹਾ ਸੀ, ਗਾਹਕਾਂ ਨੂੰ ਦੇਣ ਜਾ ਰਿਹਾ ਸੀ ਅਤੇ ਬੈਗ ਸੀ ਮੋਟਰਸਾਈਕਲ ਵਿੱਚ, ਪੁਲਿਸ ਪਾਰਟੀ ਨੂੰ ਵੇਖਿਆ ਜੇ ਬੈਗ ਸੁੱਟ ਕੇ ਪਿਛਾਣ ਮੋੜ ਨੇ ਕਦਮ ਕਾਬੂ ਕਰਕੇ ਇਹਦੇ ਪਾਸੋਂ ਚੈੱਕ ਕੀਤਾ ਅਤੇ 1 ਕਿਲੋ 500 ਰੁਪਏ ਰੱਖੇ ਕੰਮ। ਅਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਪਰਚਾ ਦਰਜ ਰਜਿਸਟਰ ਕੀਤਾ ਗਿਆ, ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਵਾ ਅਤੇ ਇਹਨੂੰ ਪੇਸ਼ ਅਦਾਲਤ ਕਰਤਾ, 1 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।